ਹਾਂਜੀ ਆਪਾਂ ਚੱਲੇ ਹੁਣ ਬਰਥਡੇ ਦਾ ਕੇਕ ਲੈਣ ਵਾਸਤੇ। ਤੁਹਾਨੂੰ ਪਤਾ ਨੂਰ ਦਾ ਅੱਜ ਬਰਥਡੇ ਆ ਅਤੇ ਕਾਫੀ ਦਿਨਾਂ ਤੋਂ ਇੰਤਜ਼ਾਰ ਕਰ ਰਹੀ ਸੀ ਬਰਥਡੇ ਦਾ, ਅਤੇ ਬਰਥਡੇ ਹੋ ਗਿਆ ਐਤਵਾਰ ਨੂੰ ਅਤੇ ਸ਼ਨੀ ਐਤਵਾਰ ਅੱਜ ਕੱਲ੍ਹ ਲੋਕਡਾਊਨ ਚੱਲ ਰਿਹਾ। ਅਤੇ ਅੱਜ ਹੁਣ ਮੈਂ ਫੋਨ ਕੀਤਾ ਸੀਗਾ ਕੇਕ ਵਾਲਿਆਂ ਨੂੰ, ਬੇਕਰੀ 'ਤੇ ਕਹਿੰਦਾ ਕੇਕ ਮਿਲ ਜੂਗਾ, ਅਤੇ ਮੈਂ ਲੈਣ ਚੱਲਾਂ ਕੇਕ ਨੂਰ ਦਾ, ਉਹ ਇੰਤਜ਼ਾਰ ਕਰੀ ਜਾਂਦੀ ਘਰੇ। ਚੱਲਦੇ ਹਾਂ ਆਪਾਂ ਕੇਕ ਲੈਣ। ਲਓ ਜੀ ਆਪਾਂ ਆ ਗਏ ਕੇਕ ਲੈਣ ਵਾਸਤੇ ਨੂਰ ਦਾ। ਨੂਰ ਦਾ ਕੇਕ ਲੈ ਕੇ ਜਾਣਾ। ਹਾਂਜੀ ਆ ਗਏ ਕੇਕ। ਅੱਧਾ ਕਿਲੋ ਜਾ ਬਟਰ ਸਕੋਚ ਆ ਕਿਹੜਾ ਬਟਰ ਸਕੋਚ ਹੈ ਬਲੈਕ ਬਲੈਕ ਫੋਰੈਸਟ ਕਿੰਨਾ ਸੋਹਣਾ ਪਿਆ। ਗੁਰਨੂਰ ਕੌਰ ਸਪੈਲਿੰਗ ਜੀ ਯੂ ਆਰ ਐਨ ਡਬਲ ਓ ਆਰ ਕੌਰ ਕੇ ਏ ਯੂ ਆਰ।
ਉਹਦੇ ਬਰਥਡੇ ਦੀ ਡੈਕੋਰੇਸ਼ਨ ਪੂਰੀ ਕਰਤੀ ਆ। ਹੈਪੀ ਬਰਥਡੇ ਟੂ ਯੂ। ਤੁਹਾਨੂੰ ਹੁਣ ਨੂਰ ਨਾਲ ਮਿਲਾਉਂਦੇ ਆ ਬਰਥਡੇ ਗਰਲ ਨਾਲ। ਉਹ ਤਿਆਰ ਹੋਈ ਬੈਠੀ ਆ ਚੇਅਰ ਤੇ ਸਵੇਰ ਦੀ। ਆ ਗਈ ਆ ਗਈ ਆ ਗਈ। ਹੈਲੋ ਨੂਰ, ਹੈਪੀ ਬਰਥਡੇ। ਥੈਂਕ ਯੂ। ਆ ਨੂਰ ਦਾ ਕੇਕ ਵੀ ਪਿਆ ਲਿਆਂਦਾ, ਕੇਕ ਕੱਟਣ ਦੀ ਤਿਆਰੀ। ਗਰਮੀ ਬਹੁਤ ਆ, ਕੇਕ ਪਿਘਲੀ ਜਾਂਦਾ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ ਗਰਨੂਰ, ਹੈਪੀ ਬਰਥਡੇ ਟੂ ਯੂ। ਕੀ ਕਰ ਦਿੰਦੀ ਖੜਕੀਆਂ ਵੀ ਦਿਖਾਉਣ ਲੱਗਿਆ ਸਾਰੀਆਂ ਪਿੱਛੋਂ। ਤੇ ਆਹ ਦੇਖੋ ਇਹ ਖਿੜਕੀ ਡਿੱਗੀ ਪਈ ਆ, ਸੜ ਜੋ। ਲਓ ਜੀ, ਨੂਰ ਤਾਂ ਆਪਣਾ ਘਰ ਸਜਾ ਰਹੀ ਆ ਤੇ ਆਪਾਂ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰ ਦਈਏ, ਕਿਉਂਕਿ ਅੱਜ ਆਪਣੇ ਗੇੜੇ ਗੁੜੇ ਕਾਫੀ ਲੱਗ ਗਏ ਮਾਰਕੀਟ ਦੇ, ਆਪਾਂ ਥੱਕ ਚੁੱਕੇ ਪੂਰਾ। ਤੇ ਹੁਣ ਆਪਾਂ ਆਰਾਮ ਕਰਨਾ ਤੇ ਵੀਡੀਓ ਆਪਾਂ ਅੱਜ ਦੀ ਇੱਥੇ ਬੰਦ ਕਰਦੇ। ਸਾਡੀ ਅੱਜ ਦੀ ਵਲੋਗ ਕਿੱਦਾਂ ਹੋਇਆ ਲੱਗਿਆ ਤੁਸੀਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਤੇ ਜੇ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ। ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਬਾਏ ਬਾਏ।